ਗੁਰ ਸਿੱਖ ਸਿੱਖ ਧਰਮ ਅੰਦਰ ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲਾ ਪ੍ਰਾਣੀ ਗੁਰ ਸਿੱਖ ਅਖਵਾਉਂਦਾ ਹੈ। ਉਹ ਇਨਸਾਨ ਜਿਹੜਾ ਕਿ ਅਕਾਲ ਪੁਰਖ ਤੇ ਨਿਸ਼ਚਾ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਦਸੇ ਗੁਰੂ ਸਾਹਿਬਾਨ ਦੇ ਦਰਸਾਏ ਰਸਤੇ ਤੇ ਚੱਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੱਤ ਅਤੇ ਦਸੇ ਪਾਤਸ਼ਾਹੀਆਂ ਨੂੰ ਜਾਗਤ ਜੋਤ ਕਰਕੇ ਮੰਨਦਾ ਹੈ। ਅਰ ਖੰਡੇ ਦੀ ਪਾਹਲ ਛੱਕ ਕੇ ਗੁਰੂ ਦੇ ਲੜ ਲੱਗਦਾ ਹੈ। ਗੁਰੂ ਕਾ ਸਿੱਖ ਅਥਵਾ ਗੁਰਸਿੱਖ ਅਖਵਾਉਂਦਾ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਗ੍ਰੰਥ ਸਾਹਿਬ ਜੀ ਅੰਗ 601। ਉਪਰਲੇ ਗੁਰਵਾਕ ਅਨੁਸਾਰ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਉਹ ਹੈ ਜੋ ਗੁਰੂ ਕੇ ਭਾਣੇ ਵਿੱਚ ਆਵੇ, ਜੋ ਸਤਿਗੁਰੂ ਦਾ ਹੁਕਮੀ ਬੰਦਾ ਬਣ ਕੇ ਸਿੱਖ ਮਤ ਨੂੰ ਧਾਰਨ ਕਰਕੇ ਹੁਕਮ ਰਜਾਈ ਚੱਲੇ, ਜੋ ਗੁਰੂ ਦੇ ਭਾਣੇ ਨੂੰ ਛੱਡ ਕੇ ਆਪਣੇ ਭਾਣੇ ਆਪਣੀ ਮਨ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਤਿਗੁਰੂ ਤੋਂ ਵਿਛੜਿਆ ਹੋਇਆ ਹੈ ਅਤੇ ਕਦੇ ਵੀ ਗੁਰਸਿੱਖ ਨਹੀਂ ਅਖਵਾ ਸਕਦਾ। ਆਪਣੇ ਮਨ ਦੀ ਮਤ ਅਨੁਸਾਰ ਚੱਲਣ ਵਾਲਾ ਤੇ ਮਨਮੁਖ ਹੈ। ਜੋ ਸਤਿਗੁਰ ਤੋਂ ਵਿਛੜ ਕੇ ਦਰ ਦਰ ਦੀਆਂ ਚੋਟਾਂ ਠੇਡੇ ਖਾ ਰਿਹਾ ਹੈ, ਗੁਰੂ ਕਾ ਸਿੱਖ ਅਖਵਾਉਣ ਲਈ ਮਨੁੱਖ ਨੂੰ ਘਰੋਂ ਪਾਹੁਲ ਲੈਣੀ ਪੈਂਦੀ ਹੈ ਅਥਵਾ ਅੰਮ੍ਰਿਤ ਛਕਣਾ ਪੈਂਦਾ ਹੈ। ਅੰਮ੍ਰਿਤ ਛਕੇ ਬਿਨਾਂ ਕੋਈ ਵੀ ਆਪਣੇ ਆਪ ਨੂੰ ਗੁਰੂ ਵਾਲਾ ਨਹੀਂ ਅਖਵਾ ਸਕਦਾ। ਜਿਵੇਂ ਇੱਕ ਇਸਤਰੀ ਨੂੰ ਕਿਸੇ ਮਰਦ ਦੀ ਨਾਰ ਅਖਵਾਉਣ ਲਈ ਵਿਆਹ ਦੀ ਰਸਮ ਪੂਰੀ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਇੱਕ ਮਨੁੱਖ ਨੂੰ ਗੁਰੂ ਵਾਲਾ ਗੁਰਸਿੱਖ ਬਣਨ ਲਈ ਅੰਮ੍ਰਿਤ ਛਕਣਾ ਪੈਂਦਾ ਹੈ। ਅੰਮ੍ਰਿਤ ਛਕਣਾ ਫੌਜ ਵਿੱਚ ਭਰਤੀ ਹੋਣ ਵਾਂਗ ਹੈ। ਜਦੋਂ ਕੋਈ ਬੰਦਾ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਤਾਂ ਉਸਨੂੰ ਫੌਜ ਦਾ ਪਹਿਰਾਵਾ ਧਾਰਨ ਕਰਨਾ ਪੈਂਦਾ ਹੈ ਅਤੇ ਆਪਣੇ ਕਮਾਂਡਰ ਦਾ ਹੁਕਮ ਸਿਰ ਮੱਥੇ ਤੇ ਮੰਨਣਾ ਪੈਂਦਾ ਹੈ। ਉਸੇ ਹੀ ਤਰ੍ਹਾਂ ਮਨੁੱਖ ਨੂੰ ਗੁਰੂ ਕੀ ਫੌਜ ਦਾ ਸਿਪਾਹੀ ਬਣਨ ਲਈ ਗੁਰੂ ਵੱਲੋਂ ਨਿਯੁਕਤ ਵਰਦੀ ਧਾਰਨ ਕਰਨੀ ਪੈਂਦੀ ਹੈ ਅਤੇ ਉਸਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਆਪਣੇ ਸਿੱਖ ਲਈ ਗੁਰੂ ਦਾ ਪਹਿਲਾ ਫੁਰਮਾਨ ਸਾਬਤ ਸੂਰਤ ਦਸਤਾਰ ਸਿਰਾ ਅਥਵਾ ਸਾਬਤ ਸੂਰਤ ਅਤੇ ਸਿਰ ਦੀ ਦਸਤਾਰ ਦੇ ਹੋਂਦ ਦਾ ਹੈ। ਸਾਬਤ ਸੂਰਤ ਅਤੇ ਸਿਰ ਦਸਤਾਰ ਪਗੜੀ ਹੋਣ ਕਰਕੇ ਹੀ ਗੁਰੂ ਕਾ ਸਿੰਘ ਸਿੰਘਣੀ ਇਕੱਲਾ ਲੱਖਾਂ ਵਿੱਚ ਖਲੋਤਾ ਦੂਰੋਂ ਹੀ ਨਜ਼ਰ ਆ ਜਾਂਦਾ ਹੈ। ਗੁਰੂ ਕਾ ਸਿੱਖ ਆਪਣੀ ਕੁਦਰਤੀ ਸ਼ਕਲ ਨੂੰ ਵਿਗਾੜਦਾ ਨਹੀਂ, ਫੈਸ਼ਨ ਜਾਂ ਮਨ ਦੀ ਮਤ ਦੇ ਮਗਰ ਲੱਗ ਕੇ ਸਰੀਰ ਦੇ ਕਿਸੇ ਵੀ ਅੰਗ ਨੂੰ ਕੱਟਦਾ ਅਥਵਾ ਵਿਗਾੜਦਾ ਨਹੀਂ। ਉਹ ਮੁਸਲਮਾਨਾਂ ਵਾਂਗ ਸੁੰਨਤ ਨਹੀਂ ਕਰਵਾਉਂਦਾ, ਉਹ ਅਨਮਤੀਆਂ ਵਾਂਗ ਸਰੀਰ ਦੇ ਰੋਮ ਵੀ ਨਹੀਂ ਕਟਵਾਉਂਦਾ।